अंडे अंडे खाने हो कोनी? अंडे भी खाने हैं। अंडे कितना किलो देने जी? हाँ ये जड़ी है तकी तो गनी गांव जनाब अच्छे देना सनी ते इसने नाल आ गांव या इस सानी बच्ची या जनाब ना जी ना जी मैं कुछ दुआ तूफान भी जोड़ नाल जी ਹੋ ਸੁਣੋ ਯਾ ਤਾਂ ਕਿਹਾ ਡੰਡਾ ਸਹੀ ਰੱਖਿਆ ਬਣਿਆ ਸੀ ਬਣਿਆ ਸੀ ਠੀਕ ਜਣੇ ਨਹੀਂ ਓ ਤੇਰੀਆਂ ਹੈਰਾਂ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਅੱਲਾਹ ਪਾਕ ਨੇ ਫਜ਼ਲ ਕਰਮ ਸ਼ੁਕਰ ਨਾਲ ਅੱਜ ਨੇ ਵਲੌਗ ਨਾਲ ਕਰਨੇ ਆ ਆਗਾਜ਼ ਜੀ ਬਿਲਕੁਲ ਜੀ ਅੱਜ ਵਲੌਗ ਬਣਾਏ ਰਿਹਾ ਮੈਂ ਡੇਲੀ ਰੂਟੀਨ ਆਪਣੀ ਨਾਲ ਵਲੌਗ ਬਣਾ ਦਿਹਾੜੀ ਕਿਆ ਕਰਨੇ ਆ ਤੁਸਾਂ ਸਾਰੇ ਤੱਕਣੇ ਵਾਲੇ ਭੈਣਾਂ ਭਰਾ ਕੀ ਉਹ ਦੱਸਣੇ ਆ ਉਮੀਦ ਕਰਸਾਂ ਸਾਡੀ ਜਿਹੜੀ ਵੀਡੀਓ ਤੁਹਾਨੂੰ ਪਸੰਦ ਸੀ ਚੈਨਲ ਵਿੱਚ ਨਵੇਂ ਭੈਣਾਂ ਭਰਾ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰਸੋ ਵੀਡੀਓ ਕੀ ਸ਼ੇਅਰ ਕਰਸੋ ਲਾਈਕ ਕਰਸੋ ਬੈਲ ਆਈਕਨ ਨੇ ਬਟਨ ਹੀ ਦੱਬੀ ਉੜਸੋ ਤਾਂ ਕਿ ਅਗਲੀ ਨੇ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਲੱਭੀ ਜਾ ਸਾਰੇ ਪਹਿਲਾਂ ਤੱਕ ਕਿਸੇ ਨੇ ਕੁਹਾੜੀ ਮੁੰਡੇ ਪਰ ਲਾਈ ਵੀ ਬੱਕਰੀਆਂ ਬਸ ਲੁੰਗ ਬੱਕਰੀਆਂ ਖੋਲੀ ਉੜੀਆਂ ਸੀ ਤਾਂ ਉਹਨਾਂ ਨੇ ਲੋਟਸਾਂ ਪੈ ਲਿਆ ਬਸ ਲੁੰਗ ਉਸ ਦੀ ਬਿਆਰ ਬਾਕੀ ਜਿਹੜੇ ਡੇਲੀ ਰੂਟੀਨ ਨੇ ਕੰਮ ਹੈ ਉਹ ਕਰਸਾਂ ਕੋਸ਼ਿਸ਼ ਕਰਸਾਂ ਬਾਜ਼ਾਰ 'ਚ ਜਾਸਾਂ ਕੋਈ ਅਗਰ ਮਿਲਣਾ ਆ ਤਾਂ ਗੱਪ ਸ਼ੱਪ ਵੀ ਲਾਸਾਂ ਨਾਲ ਤਾਂ ਬਾਕੀ ਤੁਸੀਂ ਤੱਕੋ ਵੀਡੀਓ ਤੋਂ ਇੰਜੋਏ ਕਰੋ ਇਨ ਸ਼ਾ ਅੱਲਾ ਸਭ ਨੂੰ ਪਹਿਲੇ ਕੰਮ ਕਰਨੇ ਆ ਬੱਕਰੀਆਂ ਬਣੇ ਲੁੰਗ ਤਾਂ ਉਸ ਨੇ ਦੱਸਣੇ ਆ ਤਾਂ ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਕੀਤਾ ਜਾ ਸੀ ਉਹ ਤੁਸਾਂ ਕੀ ਲਾਜ਼ਮੀ ਦੱਸਾਂ ਪਰ ਚੈਨਲ ਪਰ ਨਵਾਂ ਪੈਣਾ ਭਰਾ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰੀ ਜੁੜਿਆ ਵੀਡੀਓ ਕੀ ਸ਼ੇਅਰ ਕਰਸੋ ਲਾਈਕ ਕਰਸੋ ਬੈਲ ਆਈਕਨ ਨੇ ਬਟਨ ਦੱਬੀ ਉੜਸੋ ਇਹ ਜਨਾਬ ਤੁਸੀਂ ਸਾਰਿਆਂ ਨੂੰ ਪਹਿਲਾਂ ਦੱਸਣੇ ਆ ਤੱਕੀ ਸਕਣੇ ਹੋ ਇਹ ਜਨਾਬ ਇੱਟਾਂ ਲਈਆਂ ਵਾਂ ਅਸਲ ਵਿੱਚ ਦਿਹਾਤ ਨਾ ਮਾਹੌਲ ਤੁਸੀਂ ਪਤਾ ਅੱਜ ਤੁਸੀਂ ਦਿਹਾਤ ਨਾ ਮਾਹੌਲ ਦੱਸ ਰਿਹਾ ਇਹ ਇੱਟਾਂ ਇੱਕ ਇੱਟਾਂ ਨਿੱਕਾ ਜਿਹਾ ਗਰਾਊਂਡ ਬਣਾਇਆ ਵਾ ਇਹ ਜਿੱਦਾਂ ਸ਼ਾਮੀ ਕੋਈ ਥੋੜ੍ਹਾ ਸ਼ੋਰ ਸ਼ਗਲ ਹੋਣਾ ਚਾਰ ਪੰਜ ਲੜਕੇ ਹੋ ਜਾਣੇ ਅਛਨੇ ਆ ਤਾਂ ਫਿਰ ਅੱਛੀ ਤਰ੍ਹਾਂ ਸਾਨੂੰ ਜਨਾਬ ਕ੍ਰਿਕਟ ਖੇਡਣੇ ਜੀ ਬੱਕਰੀਆਂ ਤਾਂ ਕੋਈ ਦਿਸੀਆਂ ਸੀ ਮੈਂ ਚਲੋ ਆ ਕੇ ਲੂੰਗ ਸ਼ੁੰਗ ਸੁਫੀਆਂ ਨਿੱਕਾ ਭਾਈ ਮੇਰਾ ਕੱਪ ਜੁੜਿਆ ਸੀ ਤਾਂ ਬੱਕਰੀਆਂ ਕੋਈ ਦਿਸੀਆਂ ਤਾਂ ਮੈਂ ਚਲੋ ਤੁਸਾਂ ਕੀ ਜਨਾਬ ਅੱਗੇ ਜੁਲਨੇ ਬਾਜ਼ਾਰ ਤਾਂ ਬਾਜ਼ਾਰੋਂ ਵਾਪਸ ਅਛਨੇ ਆ ਤਾਂ ਫਿਰ ਅੱਛੀ ਤਰ੍ਹਾਂ ਦੱਸਣੇ ਆ ਕਿ ਜਨਾਬ ਬੱਕਰੀਆਂ ਸ਼ਕਰੀਆਂ ਤੁਸੀਂ ਦੱਸਣੇ ਆ ਗਈਆਂ ਛੇਵੀਂ ਦੱਸਾਂ ਤਾਂ ਪਹਿਲਾਂ ਜੁਲੇ ਹਾਂ ਬਾਜ਼ਾਰ ਬਾਜ਼ਾਰੋਂ ਵਾਪਸ ਅੱਛੀ ਤੁਸੀਂ ਦੱਸਾਂ ਤਾਂ ਬਾਜ਼ਾਰ ਜੁਲੇ ਅਗਰ ਕੋਈ ਅਸੀਂ ਮਿਲਣਾ ਆ ਤਾਂ ਉਹਨਾਂ ਨਾਲ ਗੱਲਬਾਤ ਕਰਨੇ ਆ ਬਾਕੀ ਤੁਸੀਂ ਦੱਸਣੇ ਜਨਾਬ ਇਹ ਬੱਚੀਆਂ ਹੀ ਜਨਾਬ ਇਸ ਵਾਂ ਕਿ ਸ਼ਾਮੀ ਦਾ ਕਿਤਾਬ ਦਾ ਬਸ ਬਾਕੀ ਗਈ ਸੀ ਦੱਸਾਂ ਉਹਲੇ ਦੱਸਾਂ ਇਹ ਬੱਚੀ ਆ ਜਨਾਬ ਇਹ ਬੱਚੀ ਜਨਾਬ ਆਸਟ੍ਰੇਲੀਆ ਨਸਲ ਨਹੀਂ ਹੈ ਫੁੱਲ ਆਸਟ੍ਰੇਲੀਆ ਨਸਲ ਜਿਹੜੀ ਹੋਣੀ ਆ ਉਹ ਹੀ ਹੈ ਤਾਂ ਜਨਾਬ ਇਹ ਜਿਹੜੀ ਆ ਮਿਕਸ ਸੀ ਇਹ ਵਲਾਇਤੀ ਦੇਸੀ ਮਿਕਸ ਸੀ ਤਾਂ ਨਾਲ ਲੱਗ ਗਿਆ ਤਾਂ ਕਿਸੇ ਕਿਸੇ ਬਰੋਟੀ ਹੈ ਨਿੱਕੀ ਜੀ ਇਹ ਚਾਰੀ ਠੱਡੀ ਹੋਈ ਸਰਦੀ ਲਈ ਵੀ ਇਹ ਤੁਹਾਨੂੰ ਦੱਸਣੇ ਆ ਤਾਂ ਧੁੱਪ ਧੁੱਪ ਲਵਾਈ ਜਿਹੜੀ ਕੰਬਣੀ ਪਈ ਸਰਦੀ ਨਹੀਂ ਵਜ੍ਹਾ ਸੀ ਤਾਂ ਬਾਕੀ ਹੈ ਬੱਚੀਆਂ ਛੇਚੀਆਂ ਤੱਕੋ ਤਾਂ ਫੁੱਲ ਦੇਸੀ ਮੋਜ਼ਾ ਇਸ ਵਿੱਚ ਚੱਕ ਰਿਹਾ ਜਾ ਸੀ ਤਾਂ ਇਹ ਜਾ ਸ਼ਾ ਇਹਨੇ ਮਕਾਨ ਬੰਦਾ ਕਮਰਾ ਬੰਦਾ ਸੀ ਪੱਟੀ ਉੜਿਆ ਸੀ ਤਾਂ ਇਹ ਲੈ ਇਹ ਇੱਕ ਹੋਰ ਕਮਰਾ ਇੱਥੇ ਹੋਣ ਗਈਆਂ ਇਸ ਵਾਰ ਧੁੱਪ ਹੀ ਸਰਦੀਆਂ ਦਾ ਮੌਸਮ ਤੁਹਾਨੂੰ ਪਤਾ ਬਾਹਰ ਤੋਂ ਪੈ ਵਜੀਆਂ ਵਾ ਤਾਂ ਬਾਕੀ ਕਾਸ਼ਾ ਕਿਤਾਬ ਅਸ਼ਤਾ ਵਾ ਤਾਂ ਤਮਰ ਸ਼ਮ ਸਾਰਾ ਕੀ ਬਹਿ ਰਹੇ ਹਾਂ ਤਾਂ ਹੁਣ ਇਹ ਆ ਕਿ ਅਗਰ ਬੱਕਰੀਆਂ ਲੱਭੀ ਗਈਆਂ ਤਾਂ ਠੀਕ ਨਾ ਲੱਭੀਆਂ ਤਾਂ ਬਾਜ਼ਾਰ ਜਨਾਬ ਚਾਚਾ ਸਾਡਾ ਮੌਜੂਦ ਹੈ ਹਾਂਜੀ ਚਾਚਾ ਕੀ ਹਾਲ ਹੈ ਠੀਕ ਠਾਕ ਸੇ ਠੀਕ ਹੀ ਅਲਹਮਦੁਲਿਲਾ ਕੀ ਨਾਮ ਹੈ ਸੋਨਾ ਨਜੀਬ ਹਸੈਨ ਅਲਾ ਕੁਦਰ ਆਇਓ ਸਕੂਲ ਹੈ ਜੀ ਕੀ ਕਰਨੇ ਹੋ ਕੰਮ ਕਰ ਰਹੇ ਹੋ ਕਾ ਨੇ ਮਿਤਾ ਜੀ ਹੈ ਅੱਲਾ ਹੀ ਅੱਲਾ ਜੀ ਮੰਗਾਈ ਨਹੀਂ ਲਿਆ ਨਾ ਕਾ ਆਪਣੇ ਕੋ ਮੰਗਾਈ ਸੇ ਕੋਣੀ ਮੰਗਾਈ ਬੋਣੀ ਕਿਦਾਂ ਆ ਕੇ ਸਕੂਲ ਕਿਦਾਂ ਪੜੇ ਹੋ ਪੰਜਵੀਂ ਇਹ ਕਿਆ ਪੰਜਵੀਂ ਕਿਉਂ ਛੋੜਿਆ ਦੇ ਆ ਗਿਆ ਚਿਕੜ ਸਾ ਚਿਕੜ ਸਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਤਾਂ ਕੋਣਾ ਕੀ ਕਰਨੇ ਹੋ मेहनत करने बहुत बड़ी मेहनत की थी ना ओदा कोना जी आलू छिलने में और कितनी आग मेहनत कर सवेरे सर्दी उठ रहे हैं 4 बजे 4 बजे अच्छा अंडे अंडे खाने हो कोनी अंडे भी खाने हैं अंडे कितना किलो देने जी बड़ा 200 रुपया हो 200 रुपया किलो आ तेरी हैरा जी ओ चाचा 200 रुपया किलो अंडे दर्जना दर्जना किलो
नमाज जनाजे सजदे कितने होने हां जी चाचा सियाने गयो एक और भाई ने टूटियां ने करना भैया ने तकिया गादा इनको पूछो टूटियां क्या करना है। हां अस्सलाम वालेकुम जी, कोई सलाम दुआ नहीं जी, कैमरा तकी दे रहा घबराई गया तू ठीक है ओए कैमरा नहीं भाई क्या हो तुम्हारा कितना 2 किलो तुम इधर छो आई जाओ दर आता छो कौन आ गया आता अच्छा दे करना क्या भैया दे टूटियां टूटियां भैया दे की हो वैसे क्या बुझने हो अरबी दो भूले जाने तो मैं हाथ इं करा बड़े हाँ जी जनाब फुल देसी मोल चेक कराने चेक कर सो गई गई जनाब से चेक कराने बाकी बैक कैमरे पर कबूतर है जनाब से दसने बाहर साढ़े कोई कुकड़ एक दो दसने असें कुकड़ तो वैसे काफ़ी ज्यादा इतना एक दो कबूतर है तो गई है जनाब गां जी ये तकी सकनी गां जनाब आस्ट्रेलिया नसलनी तो इस है गां या इस बच्ची है जनाब ये जर्सी नसलनी गां है तो बाकी है इस दो बच्चियां ही एक इसी गई ने बच्ची है तो जनाब एक जी काले रंग की डब्बे रंग काली चिट्टी इसने बची है माशाला एक नौ चौथियाँ दो बलैती हैं एक आस्ट्रेलिया नसलनी है एक देसी आस्ट्रेलिया मिक्स ही बाकी तुम्हें कबूतर दसने जनाब कोई कबूतर छे सात तक बाकी तुम्हें फुल देसी मोल झग नाल कराने बाकी उम्मीद ही अगर जिन्हें सब्सक्राइब जरूर किया जो नमें भैन भरा है बाकी तुम्हें अगर जो दसने कि अगर जो दयाल गुजरनी है किस तरह गुजर तेरिया हैरा तुसा भी होना हला और सुनो कुधर गए थे
ਇਧਰੇ ਬਸੇਰਾ ਗਿਆ ਸਾਰਾ ਕੁਦਰ ਇਧਰੇ ਸਾਹਮਣੇ ਬਸ ਅੱਛਾ ਤੇ ਕੀ ਗਾ ਵੇਚਨੇ ਹੋ ਵੇਚਨੇ ਆ ਗਾਜਰ ਗੋਂਗਲਾ ਸੇਬ ਹਾਂ ਮਟਰ ਗੋਭੀ ਅੱਛਾ ਔਰ ਬਸ ਇਹ ਪਕੌੜੇ ਛੋਲੇ ਪਕੌੜੇ ਬਸ ਤੇ ਕੰਫਰਮ ਕਿਸਰਾ ਜਾਣਾ ਪਿਆ ਬਸ ਟਾਈਮ ਪਾਸ ਕਰਨੇ ਆ ਜੀ ਕੁਥਾ ਘਰ ਹੈ ਸੋਨੇ ਕਾਰ ਮਾਲੇ ਨਾਉਣਾ ਨਾਉਣਾ ਉਹ ਗੜੀ ਜਾਈ ਪੁਰਾਣੇ ਬੰਦੇ ਹੋ ਐਕਸਪੀਰੀਅੰਸ ਠੀਕ ਆ ਅੱਛਾ ਪਕੌੜੇ ਕੌਣ ਦੇ ਕਿਆ ਜੀ ਖਾਣੇ ਲਈ ਪਕੌੜੇ ਹੋਣੇ ਜਮਾਨ ਤੇ ਪਤਾ ਪਕੌੜੇ ਦਾ ਕਹਣਾ ਫਰੂਟਾਂ ਦਾ ਕੱਢ ਜਾਣੇ ਫਰੂਟ ਤੇ ਸਿੱਧਾ ਚੰਗੇ ਹੋਣੇ ਇਹ ਗੱਲ ਹੀ ਸਿੱਧਾ ਸਿੱਧਾ ਫਰੂਟ ਚੰਗਾ ਹੋਣਾ ਫਰੂਟ ਚੰਗਾ ਹੋਣਾ ਪਰ ਜਮਾਨ ਜ਼ਿਆਦਾ ਪਕੌੜੇ ਖਾਣੇ ਇਹ ਗੱਲ ਹੀ ਸੇਬ ਚੰਗੇ ਹੋਣੇ ਤਾਂ ਸਹੀ ਰਹੇ ਸੇਬ ਹੋਣੇ ਇਹ ਗੱਲ ਹੀ ਸਹੀ ਗੱਲ ਹੀ ਤਾਂ ਕੋਈ ਜਮਾਨੇ ਸ਼ੇਰ ਨਾਲ ਸ਼ੌਂਕ ਰੱਖਿਆ ਉਹਦੇ ਕੋਣੀ ਕੋਈ ਨਹੀਂ ਕੋਈ ਨਹੀਂ ਕਿਸ ਚੀਜ਼ ਨਾਲ ਰੱਖੀ ਰੱਖਿਆ ਉਹਦੇ ਸ਼ੌਂਕ 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 ਬਸ ਆਪਣੀ ਬਸ ਮਜ਼ਦੂਰੀ ਤੱਕ ਰੱਖੀ ਰੱਖਿਆ ਜੀ ਹੋਰ ਕਰਨੇ ਦਾ ਖਾਲੀ ਮਜ਼ਦੂਰੀ ਹੈ ਮਜ਼ਦੂਰੀ ਨਹੀਂ ਹੋਰ ਕਰੀ ਅੱਛਾ ਤਾਂ ਮਜ਼ਦੂਰੀ ਵੀ ਉਹੀ ਹੈ ਇਹ ਗੱਲ ਹੀ ਬਿਰਵਾਣੇ ਮੁਲਕਾਂ ਦੇ ਤਗਣੇ ਪਿਓ ਕਿਆ ਪੈਗਾਮ ਦੇਣੇ ਚਾਹੁੰਦੇ ਗਰੀਬ ਮਦਦ ਕਰੋ ਹੋਰ ਕਿਆ ਮਦਦ ਕਰਾ ਹੋਰ ਕਿਸ ਤਰ੍ਹਾਂ ਮਦਦ ਕਰੋ ਤੁਸੀਂ ਗਰੀਬ ਗਰੀਬ ਮਦਦ ਕਰੋ ਬਸ ਹੋਰ ਕਿਆ ਮਦਦ ਕੌਣ ਕੀਤਾ ਜਾ ਤੁਸੀਂ ਨਾਲ ਪਕੌੜੇ ਸਮੋਸੇ ਕਹਿੰਦੇ ਜਾਣ ਇਲਾਕੇ ਲੋਕ ਕਰਨੇ ਅਠਾਰੇ ਨੇ ਕੌਣ ਕਰਨੇ ਵੈਸੇ ਦੁਕਾਨਾਂ ਪਰ ਲੋਕ ਜ਼ਿਆਦਾ ਗਿਣੀ ਗੱਲ ਹੀ ਚਲੋ ਠੀਕ ਹੈ।